ازاد کشمیر نی جانی پہچانی الماشور شخصیت عرفان ظفر صاحب کیمرہ مارو ماشاءاللہ انہاں دا کار تکی زگنے جی ماشاءاللہ اے انہاں دا بڑا خوبصورت کار ہے جڑا کہ منگلا ڈیم دے نظارے پر موجود ہے اے جناب او پہاڑوں کی شہزادی ہے عرفان بھائی انہاں دا اصل کار اے دا اصل کار اے لایا اچھا ویسے سن شوق ہے کہ صاحب ملک کی جانے اگے ترکی دا ہوئی ایا ہے ال ریڈی جناب دو واری انگلینڈ تھو ہیکے ایا ویسٹر जी बिसमिल रहीम असल मैं नुमान मुगल और अपना फैमिली यूट्यूब चैनल नुमान मुगल ऑफिशियल उम्मीद करना ठीक ठाक सो हरी तुर अल्लाह ने हिफ्जो अमान जसो जी बिल्कुल जनाब इस टाइम मौजूद हाँ जी मीरपुर खाड़क ने अंदर जनाब माने मौजूद हैं जी आज़ाद कश्मीर ने जानी पे जानी अलमशहर शख्सियत इरफान जफ़र साहब माशा जनाब अज इन्होंने घर आए हैं ठीक है जैसा कि माशा यूट्यूब पर माशा काफ़ी छहबे आज़ाद कश्मीर ने ਹਰ ਬੰਦਾ ਜਨਾਬ ਤਕਰੀਬਨ ਇਹਨਾਂ ਕੀ ਜਾਣਾ ਜਾ ਕੇ ਸੋਸ਼ਲ ਮੀਡੀਆ ਤਕਣਾ ਆ ਜਾ ਸੋਸ਼ਲ ਮੀਡੀਆ ਨਾਲ ਵਰਕਰ ਆ ਉਹਨਾਂ ਕੀ ਲਾਜ਼ਮੀ ਜਾਣਾ ਜੈਸਾ ਕਿ ਨਾ ਚੈਨਲ ਆ ਜੀ ਕਸ਼ਮੀਰ ਟੀਵੀ ਤੇ ਮਾਸ਼ਾਅੱਲਾ ਜਿਸ ਨੇ 1 ਲੱਖ ਤੇ 7000 ਸਬਸਕ੍ਰਾਈਬਰ ਜਿਹੜਾ ਇਸ ਟਾਈਮ ਹੋਈ ਗਏ ਚੈਨਲ ਪਰ ਮਾਸ਼ਾਅੱਲਾ ਤਾਂ ਸਭ ਤੋਂ ਪਹਿਲੇ ਤੇ ਇਹਨਾਂ ਕੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਨੇ ਆ ਤੇ ਜਨਾਬ ਇਹਨਾਂ ਨੇ ਕਾਰ ਆਏ ਬੇਸਿਕਲੀ ਇਹਨਾਂ ਨਾਲ ਮੁਲਾਕਾਤ ਕਰਨੀ ਹੈ ਇਹਨਾਂ ਨਾਲ ਕਾਰ ਦੱਸਣਾ ਔਰ ਜਿਹੜਾ ਕਿ ਦੂਸਰਾ ਇਹਨਾਂ ਨਾਲ ਜਿਹੜਾ ਪ੍ਰੋਜੈਕਟ ਇਹਨਾਂ ਸ਼ੁਰੂ ਕੀਤਾ ਜਿਹਾ ਚੈਨਲ ਉੱਪਰ ਪਹਿਣਾ ਪਰਾਵਾ ਦੱਸਨੇ ਰਹੇ ਨੇ ਇੰਗਲੈਂਡ ਨੇ ਪਹਿਣਾ ਪਰਾਵਾ ਜ਼ਿਆਦਾਤਰ ਇਹਨਾਂ ਦੀ ਲਾਜ਼ਮੀ ਜਾਣਨੇ ਹੋਣੇ ਇਹਨਾਂ ਦੀ ਵੀਡੀਓ ਪ੍ਰੋਪਰਲੀ ਤੱਕਨੇ ਹੋਣੇ ਇਹਨਾਂ ਡੈਮ ਇਹਨਾਂ ਨੇ ਕਰ ਰਹੇ ਨੇ ਬੈਕ ਸਾਈਡ ਉੱਪਰ نیچے ਵਿਊ ਉੱਪਰ ਉੱਥੇ ਜੈਨਾ ਆਪਣਾ ਮਿੱਟੀ ਨਾਲ ਕਾਰ ਸ਼ੁਰੂ ਕੀਤੇ ਆ ਜੈਸਾ ਕਿ ਇਹ ਮਸ਼ਹੂਰ ਹੋਏ ਸਨ ਬਕਰਵਾਲਾ ਤੂੰ ਮਾਰੋ ਪੱਡੋ ਫਸ ਗਿਓ ਬਸ਼ੀਰੋ ਮਰ ਗਿਓ ਨਹੀਂ ਨਹੀਂ ਬਸ਼ੀਰੋ ਨਹੀਂ ਆਇਆ ਜਨੇ ਮਰੀ ਹੋ ਮੈਂ ਲੇਕਿਨ ਉਹ ਬੱਕਰੀਆਂ ਫਸੀਆਂ ਸਨ ਦਾ ਬੱਕਰਵਾਲ ਵਾਲਾ ਗੇਟ ਸਨ ਦਾ ਕਈ ਲੋਕ ਆਣੇ ਸਨ ਜੀ ਉਹ ਉਹ ਮੋੜਾ ਜੀ ਬੱਕਰਵਾਲ ਵਾਲਾ ਪੱਕਾ ਗਿਆ ਠੀ ਉਹ ਨਹੀਂ ਮੋੜਨਾ ਤੇ ਜਨਾਬ ਇਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈਆਂ ਸਨ ਬਾਕੀ ਕੋਟ ਮਿਰਪੁਰਾ ਜਨਾਬ ਤੇ ਉਥੇ ਨਹੀਂ ਵੀਡੀਓ ਬਣਾਣੇ ਉਹ ਵੀ ਕਾਫੀ ਇਹਨਾਂ ਨੇ ਵਾਇਰਲ ਲਈਆਂ ਮਾਸ਼ਾਅੱਲਾ ਜਨਾਬ ਨੀਸ ਭਾਈ ਸਾਈਡ ਕੈਮਰਾ ਮਾਰੋ ਮਾਸ਼ਾਅੱਲਾ ਇਹਨਾਂ ਦਾ ਕਾਰ ਤੱਕ ਹੀ ਸਕਣਾ ਜੀ ਮਾਸ਼ਾਅੱਲਾ ਇਹ ਇਹਨਾਂ ਦਾ ਬੜਾ ਖੂਬਸੂਰਤ ਜਿਹਾ ਕਾਰ ਹੈ ਜਿਹੜਾ ਕਿ ਮੰਗਲਾ ਡੈਮ ਦੇ ਨਜ਼ਾਰੇ ਪਰ ਮੌਜੂਦ ਹੈ ਤੇ ਬਾਕੀ ਹੁਣ ਦਾ ਕੁਝ ਇਹਨਾਂ ਨਾਲ ਸਲਾਮ ਦੁਆ ਕਰਨੇ ਆਸ ਤੋਂ ਬਾਅਦ نیچے ਚ ਅਸਾਂ ਡੈਮ ਸਾਈਡ ਪਰੋਂ ਸਾਂ ਘਰ ਦਾ ਸਾਂ ਸਲਾਮ ਅਲੈਕਮ ਵਾਲੇਕਮ ਸਲਾਮ ਨਾਲ ਇਰਫਾਨ ਭਾਈ ਕੀ ਹਾਲ ਹੈ ਠੀਕ ਹੋ ਜ਼ਬਰਦਸਤ ਜਨਾਬ ਤੁਸੀਂ ਸੁਣਾਓ ਅਲਹਮਦੁਲਿਲਾ ਕਿਆ ਕੁਝ ਹੋਈ ਰਿਹਾ ਅੱਜ ਕੱਲ ਅੱਜ ਕੱਲ ਜਨਾਬ ਵਾਲਾ ਇੱਕ ਮਿੱਟੀ ਨਾਲ ਕਾਰ ਸ਼ੁਰੂ ਕੀਤੇ ਆ ਕੋਈ ਦੇਸੀ ਮਾਹੌਲ ਬਣਾਣੇ ਨੇ ਚੱਕਰਾਂ ਵਿੱਚ ਨਾ ਠੀਕ ਹੈ ਤੇ ਕੋਈ ਇੱਕ ਮਹੀਨਾ ਹੋ ਗਿਆ ਉਸ ਨਾਲ ਕੰਮ ਸ਼ੁਰੂ ਕੀਤੇ ਆ ਫਿਰ ਕੋਈ ਦੋ ਚਾਰ ਦਿਹਾੜੇ ਸਰਦੀ ਲੱਗੀ ਕਿਸੇ ਬਿਮਾਰ ਹੋਈ ਗਿਆ ਫਿਰ ਆਪਣਾ ਮਾਹੌਲ ਖਰਾਬ ਹੋਈ ਗਿਆ ਠੀਕ ਹੈ ਤੇ ਹੁਣ ਜਨਾਬ ਤੁਸੀਂ ਬੁਨ ਜੋਲਨੇ ਆ ਤਾਂ ਉਹ ਵੀ ਦੱਸਨੇ ਆ ਠੀਕ ਹੈ ਬਿਲਕੁਲ ਜਨਾਬ ਮਾਸ਼ਾਅੱਲਾ ਇਹਨਾਂ ਨੇ ਘਰ ਮੌਜੂਦ ਆ ਠੀਕ ਹੈ ਚਲ ਸਾ ਸਾ ਨੀਚੇ ਤੁਸੀਂ ਕੁਝ ਇਹਨਾਂ ਦਾ ਘਰ ਤੇ ਕੀ ਨਾ ਮੈਂ ਉਸੇ ਹੋਦੀ ਦਸੀ ਉਹਨਾਂ ਮਾਸ਼ਾਅੱਲਾ ਬਾਕੀ ਜਿਹੜੀਆਂ ਡਿਟੇਲ ਨਾਲ ਗੱਲਾਂ ਸੁਣੋ ਨੀਚੇ ਇਹਨਾਂ ਜਿਹੜਾ ਪ੍ਰੋਜੈਕਟ ਆ ਉੱਥੇ ਜਿਹਦਾ ਹਸਨ ਮਾਸ਼ਾਅੱਲਾ ਇਹਨਾਂ ਨੇ ਘਰਾਂ ਦਾ ਮੰਜ਼ਰ ਹੈ ਮਾਸ਼ਾਅੱਲਾ ਜਿਵੇਂ ਕਿ ਖੁਦ ਵੀ ਆਪਣੀ ਵੀਡੀਓ ਚ ਵੀ ਦੱਸਨੇ ਰਹੇ ਨੇ ਠੀਕ ਹੈ ਤੇ ਬਾਕੀ ਉਹਨਾਂ ਇਹਨਾਂ ਨੇ ਪਹਾੜੋਂ ਕੀ ਸ਼ਹਾਦੀ ਉਸਨੇ ਮਰੀ ਜੁਸਾ ਨਾ ਜ਼ਹਿਰੀ ਗੱਲਾ ਪਹਾੜੋਂ ਬੁਨ ਜਿਹੜਾ ਨਾ ਮੈਦਾਨੀ ਏਰੀਆ ਉਸਨੇ ਪਰ ਠੀਕ ਚੱਲਸੀ ਤੇ ਬਾਕੀ ਜੁਲੀ ਦੇ ਨੀਚੇ ਗੱਲਾਂ ਬਾਤਾਂ ਹੋਣੀਆਂ

ਬਾਕੀ ਨਮਾਨ ਪਾਈ ਵੀ ਸਾਡੇ ਨਾਲ ਮੌਜੂਦ ਹਨ ਬੈਕ ਸਾਈਡ ਦੇ ਨਾਲ ਅਨੀਸ਼ ਪਾਈ ਵੀ ਤਾਂ ਹੁਣ ਜਨਾਬ ਸਫ਼ਰ ਸ਼ੁਰੂ ਕਰਨੇ ਆ ਜੀ جے بالکل جناب پہاڑوں کے شہزادے پر سفر کردا ائے نیچے عرفان بھائی انہاں اصل کار اے داوا اصل کار لے آیا اور اس نال جناب گڈی نال کھلائی ہے ماشاءاللہ صحیح ویو پر شامنا ٹائم ہے تے جناب اچھو سگی جناب کارن ویو چیک کرانے ہیں جناب اے تکو ماشاءاللہ جناب جا کے تیار کیتا نے مٹی نوں مکان ٹھیک ہے ماشاءاللہ عرفان بھائی

ਮੈਂ ਸ਼ਹਿਰਾਂ ਨੇ ਜ਼ਿੰਦਗੀ ਨਾਲੋਂ ਨਾ ਹਮੇਸ਼ਾ ਡੈਮ ਨੇ ਕਿਨਾਰਿਆਂ ਪਰ ਬਹਿ ਕੇ ਦਿਹਾੜ ਗੁਜ਼ਾਰੀ ਛੋੜਨਾ ਵਾ ਲੇਕਿਨ ਸ਼ਹਿਰਾਂ ਚ ਕੋਣਾ ਜਾਣਾ ਕਿਉਂਕਿ ਇੱਕ ਆਪਣੇ ਬੰਦੇ ਨਹੀਂ ਆਪਣੇ ਆਪਣੀ ਤਬੀਅਤ ਹੋਣੀ ਹੈ ਮਾਸ਼ਾਅੱਲਾ ਜੈਸਾ ਕਿ ਇਹਨਾਂ ਦਾ ਜਿਹੜਾ ਮਾਈਂਡ ਹੈ ਠੀਕ ਹੈ ਔਰ ਮਾਸ਼ਾਅੱਲਾ ਜੈਸਾ ਕਿ ਇਹਨਾਂ ਮਕਾਨ ਤਿਆਰ ਕੀਤਾ ਮਿੱਟੀ ਦਾ ਜਿਹੜਾ ਕਿ ਕਦੀਮ ਦੌਰ ਚ ਮਕਾਨ ਹੁੰਦੇ ਪਹਿਲੇ ਮੈਂ ਆਣਾ ਥੋੜਾ ਵਿਊ ਕਰਾਈ ਹੋਣਾ ਭੈਣਾ ਭਰਾਵਾਂ ਇਹ ਅੱਛਾ ਹੋ ਗਿਆ ਇਹ ਤਾਂ ਕੋ ਜਨਾਬ ਨੀਚੇ ਵੀ ਗਾਰਾ ਉੱਪਰ ਸਰੋਂਠ ਔਰ ਸਰੋਂਠਾ ਤੋਂ ਉੱਪਰ ਵੀ ਗਾਰਾ ਜੈਸਾ ਕਿ ਸਹਿਰ ਹੋਣੇ ਸਰ ਅਰਫਾਨ ਭਾਈ ਅੱਛਾ ਹੋ ਗਿਆ ਕਿ ਨਾਲ ਨਾਲ ਦੱਸੋ ਜੈਸਾ ਕਿ ਅਰਫਾਨ ਭਾਈ ਨੇ ਕਾਫੀ ਤਾਂ ਮਿਹਨਤ ਕੀਤੀ ਹੈ ਜਨਾਬ ਮਿਹਨਤ ਕਰਦਾ ਬਣਾਇਆ ਹੋਇਆ ਹੈ ਇਹ ਤਾਂ ਕੋਈ ਜੀ ਚੁੱਲਾ ਇਸੇ ਵਰ ਕੁਕਿੰਗ ਹੋਇਆ ਕਰ ਸੀ ਇਸ ਪਰ ਜਨਾਬ ਵਾਲਾ ਕੁਕਿੰਗ ਹੋਇਆ ਕਰ ਸੀ ਇਹ ਵੈਸੇ ਸ਼ੋ ਪੀਸ ਵਾਸਤੇ ਹੈ ਠੀਕ ਹੈ ਲੇਕਿਨ ਜੇ ਆ ਬਾਕੀ ਐਸਾ ਕੰਮ ਕਰਨਾ ਚਾਹਣੇ ਆ ਨਾ ਉਹ ਬਾਹਰ ਅਛੋਤ ਸੋ ਕੀ ਦੱਸ ਰਿਹਾ ਇਹ ਐਸਾ ਜ਼ਿਆਦਾ ਸ਼ੋ ਵਾਸਤੇ ਨਾ ਇਸਰੀ ਵਾਸਤੇ ਹੈ ਬਾਈ ਜਿਸਾ ਦਰਵਾਜ਼ੇ ਨੇ ਅੱਗੇ ਨਾ ਇੱਕ ਚੁੱਲਾ ਰੱਖਿਆ ਵੈਸੇ ਐਸਾ ਇੱਥੇ ਲਾਸਾ ਤੰਦੂਰ ਇਸ ਜਗ੍ਹਾ ਠੀਕ ਹੈ ਇੱਥੇ ਦੋ ਤਰ੍ਹਾਂ ਘੜੇ ਵੀ ਰਖਸਾ ਉਸ ਤੋਂ ਬਾਅਦ ਇੱਥੇ ਨਾਲ ਇੱਕ ਚੁੱਲਾ ਬਨਾਸਾਂ ਜੇ ਕਿ ਬਾਹਰ ਕੁਕਿੰਗ ਕਰਨੀ ਹੋਵੇ ਤਾਂ ਬਾਹਰ ਕਰਾਂਸਾਂ ਠੀਕ ਹੈ ਯਾ ਤੇ ਮਾਸ਼ਾਅੱਲਾ ਅੰਦਰ ਨਾ ਜਾਈ ਸਕਣਿਆ ਸਾ ਅੰਦਰ ਜਾਈ ਸਕਣੋ ਲੇਕਿਨ ਨੇਰੇ ਦੇ ਸੜਕਾ ਖੋਈ ਨਹੀਂ ਅੱਛਾ ਜੀ ਜਨਾਬ ਮਾਸ਼ਾਅੱਲਾ ਆ ਮਾੜੀ ਕੋਸ਼ਿਸ਼ ਹੋਸੀ ਕਿ ਜਿਹੜਾ ਤੁਸੀਂ ਇਹ ਵੀਊ ਚੈੱਕ ਕਰਾਜੀ ਇਹਨਾਂ ਨੇ ਮਕਾਣੇ ਨਾ ਇਹ ਤਾਂ ਕੋਈ ਜੀ ਦਰਵਾਜ਼ਾ ਮਾਸ਼ਾਅੱਲਾ ਪੇਂਟਿੰਗ ਆਪੋ ਕੀਤੀ ਨੇ ਜੀਆ ਸਾਰਾ ਕੁਝ ਪੇਂਟਿੰਗ ਵੀ ਜਨਾਬ ਆਪੋ ਕੀਤੀ ਨੇ ਖੁਸ਼ੀ ਕਿਸ ਤਰ੍ਹਾਂ ਮੈਂ ਹਰ ਫਨ ਮੋਲਾ ਜਨਾਬ ਖੁਸ਼ੀ ਕੀ ਆਗਾ ਮਾਸ਼ਾਅੱਲਾ ਅੰਦਰ ਨੇਰਾ ਆ ਏ ਇਧਰ ਦਿਓ ਕੈਮਰਾ ਮੈਸ ਅੰਦਰੋਂ ਪੇਣਾ ਪਰਾਂਵਾਂ ਦੀ ਦਸੀ ਉਹਨਾਂ ਜੀ ਰੌਸ਼ਨ ਦਾ ਮਾਸ਼ਾਅੱਲਾ ਇਹ ਰੌਸ਼ਨ ਦਾ ਨਾ ਪਰ ਲਾਇਆ ਇਹ ਗਾਰੇ ਹੀ ਲੈਣੇ ਇਰਦ ਗਿਦ ਜੈਸਾ ਕਿ ਪੱਥਰਾਂ ਨਾ ਬਣਾਇਆ ਇਸ ਲਈ ਇਹ ਜਿਹੜਾ ਨਾ ਇਹ ਬਨਵਾਇਆ ਨੇ ਆਪੂ ਇਹ ਦਰਵਾਜ਼ਾ ਆਪੂ ਇਹ ਦਰਵਾਜ਼ਾ ਲੱਭੀ ਗਿਆ ਲੱਕੜੀ ਨਾਲ ਦਿਹਾਰਿਆ ਨਾ ਦਰਵਾਜ਼ਾ ਠੀਕ ਠੀਕ ਬਿਲਕੁਲ ਜਨਾਬ ਇਹ ਨਾ ਮਕਾਨ ਬਣਾਇਆ ਮਾਸ਼ਾਅੱਲਾ ਜੈਸਾ ਕਿ ਆਪਣੀ ਵੀਡੀਓ ਵਿੱਚ ਨਾ ਆਪਣੇ ਪੇਣਾ ਪਰਾਂਵਾਂ ਦੀ ਦੱਸਿਆ ਵੀ ਆਇਆ ਠੀਕ ਹੈ ਤੇ ਅੱਛਾ ਮੇ ਇਰਫਾਨ ਭਾਈ ਦੱਸੋ ਕਿੰਨਾ ਟਾਈਮ ਲੱਗਾ ਤੁਸੀਂ ਕਿ ਇੱਥੇ ਇਹ ਮਕਾਨ ਬਣਾਉਣੇ ਇਸ ਕੀ ਜਨਾਬ ਪੂਰਾ ਤਕਰੀਬਨ 1 ਮਹੀਨਾ ਹੋਣ ਲਾਵਾ ਇਸ ਵਜ੍ਹਾ ਤੋਂ ਨਹੀਂ ਪਿਆ ਮੁਕੰਮਲ ਹੋਣ ਲੱਗਿਆ ਬਾਈ ਇਹ ਕੰਮ ਹੈ ਨਾ ਜਿਹੜਾ ਇਹ ਬਹੁਤ ਹਾਰਡ ਹੈ ਜਿਹੜੇ ਇਸ ਕੀ ਬਣਾਣੇ ਲੈ ਸਣਾ ਉਹ ਦੁਨੀਆ ਪਰ ਲੈ ਗਏ ਠੀਕ ਹੈ ਹੁਣ ਜਿਹੜੇ ਨਵੇਂ ਮਿਸਤਰੀ ਆਏ ਨਾ ਉਹਨਾਂ ਕੀ ਗਾਰੇ ਨਾ ਕੋਈ ਤਜਰਬਾ ਨਹੀਂ ਆ ਇਹ ਕਿਹ ਸਾਬ ਕਿਤਾਬ ਹੋਣਾ ਉਹਨਾਂ ਸਹੀ ਕਿਦੜਾ ਲਾਣੇ ਆ ਨਾ ਅਸੀਂ ਦੋ ਦਿਨ ਇੰਤਜ਼ਾਰ ਕਰਨਾ ਪੈਣਾ ਇਸ ਸੁੱਕਿਆ ਤੇ ਇਸ ਤੋਂ ਅੱਗੇ ਸਾ ਕੰਮ ਸ਼ੁਰੂ ਅਗਲਾ ਪ੍ਰੋਜੈਕਟ ਸ਼ੁਰੂ ਕਰਨਾ ਫਿਰ ਬਟਿਆਂ ਨਾਲ ਬੜਾ ਔਖੀ ਗੱਲ ਸੀ ਕਿ ਇਸ ਕਮਰੇ ਕੀ ਖਲਾਣਾ ਫਿਰ ਆਸਤਾ ਆਸਤਾ ਕਰਨੀ ਉਹ ਕਰਨੀ ਉਹ ਕਰਨੀ ਆਖਰ ਅੱਲਾ ਕਿਤਾ ਤਾਂ ਅਸਾ ਕੀ ਥੋੜਾ ਟਾਈਮ ਲੱਗੀ ਗਿਆ ਵਾ ਲੇਕਿਨ ਇਹ ਆ ਕੇ ਮੁਕੰਮਲ ਹੋਈ ਗਿਆ ਵਾ ਜੀ ਬਿਲਕੁਲ ਜਨਾਬ ਇੱਥੇ ਜੈਸਾ ਕਿ ਇਰਫਾਨ ਭਾਈ ਜ਼ਿਕਰ ਕਿੰਦਾ ਵਾ ਕਿ ਵੀਡੀਓ ਵਿੱਚ ਬਣੇ ਰਹਿਣੇ ਇਹ ਜੇ ਜਗ੍ਹਾ ਇਹਨਾਂ ਮਕਾਨ ਬਣਾਇਆ ਇਸ ਜਗ੍ਹਾ ਅਨਸਨ ਕੇ ਸਾਡੇ ਦਾਦਾ ਦਾਦਾ ਦਾਦੀ ਪਰਦਾਦਾ ਪੂਰੀ ਫੈਮਿਲੀ ਯਾਨੀ ਪੂਰੀ ਫੈਮਿਲੀ ਸਾਲਾ ਗਰਾਹ ਹੋਣਾ ਸੀ ਜੈਸਾ ਕਿਸੇ ਪਤਾ ਕਿ ਮੰਗਲਾ ਡੈਮ ਦੀ ਲਾਪਰੇਜ਼ਿੰਗ ਹੋਈ ਸੀ ਲੋਕ ਪੱਟਣ ਹੋਣੇ ਸਨ ਜੈਸਾ ਕਿ ਉਹ ਇੱਥਾ ਪੂਰਾ ਅਨਸ ਗਰਾਹ ਹੋਣਾ ਸੀ ਉਹ ਲ ਇਹ ਜੇ ਮਕਾਨ ਹੋਣ ਨੇ ਜਿਹੜਾ ਕਿ ਬੈਕ ਸਾਈਡ ਮੌਜੂਦ ਹੈ ਇਹ ਜੇ ਮਕਾਨ ਸਨ ਉਹਨਾਂ ਨੇ ਯਾਦ ਤਾਜ਼ਾ ਕਰਨੇ ਮਨੇ ਜਿਹੜਾ ਕਿ ਇਹਨਾਂ ਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਔਰ ਮਾਸ਼ਾਅੱਲਾ ਬੜਾ ਖੂਬਸੂਰਤ ਯਾਰ ਕੀਤਾ ਨੇ ਔਰ ਇੱਥੇ ਇੱਕ ਜਨਾਬ ਤੱਕਿਆ ਕਿ ਪਾਣੀ ਉਧਰ ਮਾਰੋ ਕੈਮਰਾ ਨੀਸ ਪਾਈ ਮੰਗਲਾ ਡੈਵੜਾ ਪਾਣੀ ਆ ਕੋਲ ਹੈ ਠੀਕ ਹੈ ਤੇ ਬਾਕੀ ਇਹ ਦੱਸੋ ਕਿ ਪਾਣੀ ਜਲਾ ਚਰਸੀ ਤੋਂ ਉਹਦਾ ਇਜਾਜ਼ਤੀ ਨਾ ਡੁੱਬੀ ਉਹ ਲ ਤੇ ਇਜਾਜ਼ਤੀ ਜਾਰੀ ਕਰਾ ਉਹ ਲ ਤੇ ਸੀ ਰੋਕਣੇ ਨਾ ਕੋਈ ਤਰੀਕਾ ਨਹੀਂ ਜਨਾਬ ਵਾਲਾ ਆਹ ਲੇਕਿਨ ਫਿਰ ਇਹ ਆ ਕਿ ਫਿਰ ਡੈਮ ਲੈ ਸੀ ਫਿਰ ਅਸਾਂ 10-15 ਦਿਹਾੜੇ ਲਾਸਾ ਹੁਣ ਅਸਾਂ ਕੋਲ ਬੱਟੇ ਤੇ 80 ਤੋਂ ਬੜੀ ਜ਼ਿਆਦਾ ਲਿਕੜੀ ਆ ਜਿਹੜੀ ਆ ਨਾ ਲੋਕ ਉਹ ਛੋੜੀ ਗਿਆ ਸਨ ਨਹੀਂ ਸੀ ਚਾਣ ਹੋਈ ਉਹ ਵੀ ਇਸ ਘਰਾਂ ਦੇ ਵਿੱਚ ਇਸਤੇਮਾਲ ਹੋਈ ਆ ਬੜੀ ਜ਼ਬਰਦਸਤ ਹੁਣ ਅਸਾਂ ਕੋਲ ਮਟੀਰੀਅਲ ਪੂਰਾ ਨੈਕਸਟ ਟਾਈਮ ਕਿਆ ਉਹ ਸੀ ਸਿਰ ਦੋ ਦਿਹਾੜੇ ਬੰਦੇ ਲਾਈ ਕਿਹਾ ਤਾਂ ਦੁਬਾਰਾ ਇਸੇ ਚਾੜਨਾ ਹੀ ਆ ਆਪਾਂ ਬਿਲਕੁਲ ਮਾਸ਼ਾਅੱਲਾ ਜੀ ਬੜੀ ਅੱਛੀ ਗੱਲ ਹੈ ਤਾਂ ਮਾਸ਼ਾਅੱਲਾ ਜੀ ਬੜਾ ਖੂਬਸੂਰਤ ਮਕਾਨ ਬਣਾਇਆ ਨੇ ਔਰ ਜਨਾਬ ਇਰਫਾਨ ਭਾਈ ਤੁਸੀਂ ਇਹ ਬਹੁਤ ਕੇ ਨੈਕਸਟ ਤੁਸਣਾ ਕੰਮਸ਼ੇ ਨਾਗਲਾ ਨੈਕਸਟ ਜਨਾਬ ਵਾਲਾ ਇਸ ਮਕਾਨੇ ਤੋਂ ਬਾਅਦ ਅੱਲਾਹ ਖੈਰ ਕੀਤੀ ਤਾ ਤੁਸੀਂ ਪਤਾ ਹੈ ਕਿ ਮੈਂ ਸਫਰ ਕਸ਼ਮੀਰ ਨਾ ਕਰ ਹੀ ਚੁਕਿਆ ਗਰਮੀਆਂ ਨੇ ਵਿੱਚ ਪੂਰਾ ਕਸ਼ਮੀਰ ਦਸਿਆ ਇਹ ਹੁਣ ਸਰੋਫਾਲ ਨੇ ਦਰਮਿਆਨ ਜਿਸਾ ਕਿ ਮੈਂ ਆਪਣੇ ਵੀਵਰ ਕੀ ਆਖਿਆ ਸੀ ਕਿ ਜਦੋਂ ਬਰਫ ਬਾਰੀ ਹੋਈ ਨਾ ਤਾਂ ਪੂਰੇ ਕਸ਼ਮੀਰ ਨਾਲ ਇੱਕ ਟੂਰ ਕਰਨਾ ਹੈ ਇਸ ਤੋਂ ਫੌਰਨ ਬਾਅਦ ਇਨਸ਼ਾ ਅੱਲਾ ਇਹ ਮੌਲ ਇੱਕ ਵਾਰ ਸੈਟ ਕਰੀ ਕਹਿਣਾ ਤਾਂ ਮੈਂ ਫਿਰ ਅਪਰ ਕਸ਼ਮੀਰ ਨੇ ਏਰੀਆ ਚ ਨਿਕਲੀ ਜਾਸਾ ਅੱਛਾ ਜਨਾਬ ਇੱਕ ਹੋਰ ਮੈਂ ਸਵਾਲ ਕਰਨਾ ਜੈਸਾ ਕਿ ਮਾਰੇ ਮਾਈਂਡ ਵਿੱਚ ਇਸ਼ਨਾ ਸੀ ਕਾਫੀ ਜ਼ਿਆਦਾ ਹੈ ਕਿ ਤੁਸੀਂ ਯੂਟਿਊਬਰ ਹੋ ਅਸਾਂ ਵੀ ਯੂਟਿਊਬਰ ਆ ਠੀਕ ਹੈ ਤੇ ਮਾਸ਼ਾਅੱਲਾ ਆਡੀਅנס ਜਿਹੜੀ ਹੈ ਸਾਡੇ ਪੈਣਾ ਭਰਾ ਬੈਰੂਨੇ ਮੁਲਕ ਨੇ ਓਵਰਸੀਸ ਜਿਹੜੇ ਤਕੜੇ ਨਸਾਂ ਗਈ ਠੀਕ ਹੈ ਮਤਲਬ ਉਹਨਾਂ ਕੋਈ ਤੁਸੀਂ ਕੰਟੈਂਟ ਕੀਤਾ ਵੈ ਰਾਪਤਾ ਕੀਤਾ ਵੈ ਉਹਨਾਂ ਕੋਈ ਆਫਰ ਕੀਤੀ ਵੈ ਜਾਂ ਉਹਨਾਂ ਸੇ ਬਾਹਰ ਦੇ ਮੁਲਕ ਬੁਲਾਇਆ ਵੈ ਕਿ ਆਫਰ ਕੀਤੀ ਵੈ ਬਾਹਰ ਦੇ ਮੁਲਕ ਅਛਾ ਤੁਸੀਂ ਉਸ ਬਾਰੇ ਕੀ ਆਖਣਾ ਚਾਹੜੇ ਆਫਰ ਆਈ ਹੈ ਕਦੇ ਸਹੀ ਵੈਸੇ ਤਾਂ

ਬਸ ਇੱਥੇ ਤੱਕ ਹੀ ਮਾੜੀ ਗੁਫਤਗੂ ਰਹੀ ਹੈ ਇਸ ਤੋਂ ਅੱਗੇ ਕੋਈ ਕੁਛ ਅੱਛਾ ਵੈਸੇ ਤੁਸਾਂ ਸ਼ੋਕ ਕਹਿ ਕੋਈ ਸਾ ਮੁਲਕੀ ਜਾਣੇ ਨਾ ਗਿਆ ਤੁਸਾਂ ਤੁਰਕੀ ਦਾ ਹੋਈ ਆਇਆ ਮੈਂ ਆਲਰੇਡੀ ਜਨਾਬ ਦੋ ਵਾਰੀ ਇੰਗਲੈਂਡ ਤੋਂ ਹੋਈ ਕਾ ਆਇਆ ਵਿਸਟਰ ਉਹਲੇ YouTube ਨਾਲ ਸਫਰ ਨਹੀਂ ਸੀ ਮੈਂ ਸ਼ੁਰੂ ਕੀਤਾ ਦੁਬਈ ਚਾਰ ਪੰਜ ਵਾਰੀ ਫਰੀ ਕਾ ਆਇਆ ਵਾ ਉਸ ਤੋਂ ਬਾਅਦ ਤੁਰਕੀ ਵੀ ਹੋਈ ਆਇਆ ਵਾ ਤੇ ਫਿਲਹਾਲ ਜਿਹੜਾ ਵਾ ਨਾ ਇੱਥੇ ਅਲਹਮਦੁਲਿਲਾ ਮਾੜਾ YouTube ਵਿਊ ਤੁਸਾਂ ਤੱਕ ਨਹੀਂ ਲੱਗਿਆ ਉਸੋ ਸਹੀ ਪੇ ਚੱਲਣ ਲੱਗੇ ਆਵਾ ਤੇ ਮਾੜਾ ਦਿਲ ਨਹੀਂ ਕਰਨਾ ਮਾੜੇ ਵਲਦੈਨ ਵੀ ਇੱਥੇ ਹੀ ਨੇ ਪੈਨਪਰਾ ਸਾਰੇ ਤਾਂ ਮਾੜਾ ਇੱਥੇ ਸਕੂਨ ਹੈ ਇਸੇ ਜ਼ਮੀਨ ਬੜੀ ਗੱਲ ਹੈ ਜੀ ਜਨਾਬ ਜੈਸਾ ਕਿ ਮੈਨੂੰ ਸੇ ਪਤਾ ਲੇਕਿਨ ਮੈਂ ਸੇ ਤੁਰਕੀ ਤੋਂ ਹੋਈਦਾ ਵਿਸਟਰ ਲੇਕਿਨ ਅੰਗਰੇਟ ਤੋਂ ਵੀ ਜਨਾਬ ਵਿਸਟਰ ਹੋਈ ਜਾਂਦੇ ਤਾਂ ਬਾਕੀ ਜਨਾਬ ਕਹਾਂ ਨੇ ਆਪਣਾ ਏਰੀਆ ਤਾਂ ਉਸ ਏਰੀਆ ਪਰ ਸਰ ਮੈਂ ਤੁਸਾ ਕੀ ਗੱਲ ਦੱਸਾਂ ਸ਼ਾਮ ਦਾ ਟਾਈਮ ਹੈ ਅਲਹਮਦੁਲਿਲਾ ਜਿਹੜੇ ਪੈਸੇ ਮੈਂ ਉੱਥੇ ਜਾਏਗਾ ਕਮਾਣੇ ਨਾ ਤਾਂ ਉਹ ਅੱਲਾਹ ਜ਼ਾਤ ਮੇ ਕੀ ਇੱਥੇ ਵੀ ਰਜ਼ਕ ਆਕਲ ਹਾਲ ਨਾ ਪੇ ਦੇਣ ਲੱਗੀ ਹੋਈ ਹੈ ਤਾਂ ਫਿਰ ਬਾਹਰ ਜਾਈਗਾ ਕਿਹ ਤੱਕੇ ਖਾ ਲੇਕਿਨ ਅਗਰ ਮਾੜੇ ਨਸੀਬਾ ਚ ਹੋਇਆ ਤਾਂ ਹੋ ਸਕਦਾ ਮੈਂ ਲਾ ਵੀ ਜਾ ਇੱਕ ਦਾਣੇ ਪਾਣੀ ਨਹੀਂ ਗੱਲ ਐ ਜੋ ਸੋਨੇ ਲਿਖੇ ਆ ਵਾ ਮਾਸ਼ਾਅੱਲਾ ਜੀ ਬਹੁਤ ਅੱਛੀ ਗੱਲ ਕੀਤੀ ਨੇ ਤੇ ਮਾਸ਼ਾਅੱਲਾ ਜਨਾਬ ਇਹਨਾਂ ਕੋਲ ਆਏ ਆ ਠੀਕ ਹੈ ਮਕਾਨ ਸਿੰਘ ਦੱਸਿਆ ਇਹਨਾਂ ਨੇ ਘਰੋਂ ਸ਼ੁਰੂ ਕੀਤਾ ਜਨਾਬ ਤਾਂ ਇਹਨਾਂ ਨੇ ਗੱਡੀ ਪਰ ਸਫਰ ਕਰੀ ਨੀਚੇ ਆਏ ਆ ਤਾਂ ਮਾਸ਼ਾਅੱਲਾ ਜਨਾਬ ਇਹ ਤੱਕ ਹੀ ਸਕਨੇ ਜੀ ਸ਼ਾਮ ਦਾ ਟਾਈਮ ਹੈ ਕੋਈ ਸਾਈ ਵਿਊ ਲਾਸਟ ਪਰ ਆਪਣੇ ਪੇਣਾ ਪਰ ਆਵੇ ਚੈੱਕ ਕਰਾਈ ਹੋਣਾ ਕਿਉਂਕਿ ਆ ਆ ਲਾਸਟ ਪਰ ਆਏ ਆ ਵਿਊ ਨਾ ਚੈੱਕ ਕਰਾਂ ਦਾ ਫਿਰ ਮੈਂ ਆ ਸਾਡਾ ਇਤਾਸ਼ ਨਾ ਫਜ਼ੂਲ ਹੈ ਅਰਫਾਨ ਭਾਈ ਆਈ ਜੋ ਇਹ ਕੋ ਨੀਚੇ ਸੇ ਕੂਆ ਨਜ਼ਰ ਇਸ ਨੇ ਪਹਿਲਾਂ ਪਾਣੀ ਉਥੋਂ ਇਸਤੇਮਾਲ ਕਰਦੇ ਆ ਪਾਣੀ ਉਥੋਂ ਇਸਤੇਮਾਲ ਕਰ ਰਹੇ ਆ ਸਾਡੇ ਗਰਾਂ ਨਾਲ

ਤੇ ਜਿਹੜੇ ਪੈਣਾ ਭਰਾ ਇਹਨੇ ਕੀ ਜਾਣਨੇ ਹੋ ਜਨਾਬ ਲਾਜ਼ਮੀ ਬਏ ਔਰ ਬਾਕੀ ਜਨਾਬ ਬਾਜ ਜਸਾਂ ਆਏ ਅਸਾਂ ਚਾਰ ਬੰਦੇ ਆਏ ਸਾਨੂੰ ਨਮਾਨ ਪਾਈ ਵੀ ਆਏ ਜਨਾਬ ਮਾਸ਼ਾਅੱਲਾ ਵੀ ਦੂਸਰਾ ਜਿਹੜਾ ਗੱਡੀ ਵੀ ਸਾਂ ਉਹ ਲੈ ਕੇ ਸੀ ਦੱਸਿਆ ਸੀ ਮਾਸ਼ਾਅੱਲਾ ਨਮਾਨ ਪਾਈ ਆ ਇਹਨਾਂ ਨੇ ਚੈਨਲ ਆ ਜਨਾਬ ਕਸਕੁਮਾ ਟੀਵੀ ਔਰ ਸਾਨਾ ਮੌਜੂਦਨ ਜੀ ਇੱਕ ਔਰ ਪਾਈ ਔਰ ਅਨੀਸ ਪਾਈ ਔਰ ਮਾਸ਼ਾਅੱਲਾ ਸਾਡੇ ਅਸਾਂ ਨਾਲ ਹੋਣੇ ਆ ਤੇ ਇਹ ਜਨਾਬ ਸਾਡੇ ਨਾਲ ਹੀ ਹੋਣੇ ਕੈਮਰਾਮੈਨ ਨਹੀਂ ਅਸਾਂ ਸਾਡੇ ਕੈਸੇ ਲਗਾ ਜਨਾਬ ਇਹ ਦਾਚੀ ਦਾ ਇਰਫਾਨ ਭਾਈ ਜ਼ਬਰਦਸਤ ਕਸਮ ਹੈ ਇਰਫਾਨ ਭਾਈ ਨਾਲ ਮਿਲੀਦਾ ਫਸਟ ਟਾਈਮ ਮਿਲੇ ਆ ਔਰ ਮਾਸ਼ਾਅੱਲਾ ਅਖਲਾਕ ਨੇ ਅਗਰ ਗੱਲ ਕੀਤੀ ਜਾਏ ਤਾਂ ਉਸਨੇ ਦਾ ਹੋਈ ਪਰਫੈਕਟ ਯੂਟਿਊਬਰ ਦਾ ਹੋਈ ਅਲਹਮਦੁਲਿਲਾ ਹੋਤਾ ਹੈ ਆਜ਼ਾਦ ਕਸ਼ਮੀਰ ਨੇ ਨੰਬਰ 1 ਔਰ ਮਾਸ਼ਾਅੱਲਾ ਜੀ ਬਹੁਤ ਮਜ਼ਾ ਐਸੇ ਮਜ਼ਾ ਆਇਆ ਕੋਣੀ ਯਾ ਅਲਹਮਦੁਲਿਲਾ ਜ਼ਬਰਦਸਤ ਹੈ ਤੇ ਬਿਲਕੁਲ ਜਨਾਬ ਮਾਸ਼ਾਅੱਲਾ ਅਰਫਾਨ ਪਈਰਾ ਮਲਕਾਤ ਕੀਤੀ ਜਨਾਬ ਬਹੁਤ ਸ਼ੁਕਰੀਆ ਜੀ ਅਸਾ ਕੀਮਤੀ ਟਾਈਮ ਅਸਾਂ ਕੀ ਦਿੱਤਾ ਇਹ ਤੁਸਾਂ ਨੇ ਪਿਆਰ ਮੁਹੱਬਤ ਨੇ ਸ਼ੁਕਰੀਆ ਜਨਾਬ ਜਿਹੜੇ ਤੁਸਾਂ ਕਦਰ ਕਰਦੇ ਆਇਓ ਬਹੁਤ ਸ਼ੁਕਰੀਆ ਜੀ ਜਿਹੜੀ ਆਡੀਅנס ਤੱਕ ਨਹੀਂ ਵੀ ਹੈ ਮਾਸ਼ਾਅੱਲਾ ਆਵਸਿਸ ਜੇ ਤੁਸਾਂ ਨੇ ਚੈਨਲ ਦੀ ਆਡੀਅנס ਤੱਕ ਇਹਨੂੰ ਕਿਹ ਪੇਗਾਮ ਦੇਸੋ ਲਾਸਟ ਪਰ ਸਭਾ ਕੀ ਜਨਾਬ ਵਾਲਾ ਮਾੜੀ ਤਰਫੋਂ ਬਹੁਤ ਜ਼ਿਆਦਾ ਸਲਾਮ ਔਰ ਪਿਆਰ ਔਰ ਤੱਕਣੇ ਲਿਆ ਕਿ ਅੱਲਾ ਪਾਕ ਸਲਾਮਤ ਰੱਖੇ ओ हैं असामी हैं। तो सलामत है अस भी जनाब कंटेंट पर बनान लगे हाँ तो है कि जिस कंटेंट चंगा लगे उसे सपोर्ट करो और है कि देसी माहौल क्या जहाँ लगे तो सर ऑडियंस है वो उसे कॉमेंट कर दस है ਤਾਂ ਕਿ ਫਿਰ ਵੀ ਕੀ ਪਤਾ ਲੱਗਾ ਕਿ ਕੀ ਆ ਜਾਉਂਦਾ ਕੀ ਇਹ ਕਾਰ ਲੱਗਾ ਹੋਇਆ ਹੈ ਬਿਲਕੁਲ ਤਾਂ ਜੀ ਲਾ ਮੁਕੰਮਲ ਹੋਇਆ ਤਾਂ ਇਨਸ਼ਾਅੱਲਾ ਤੁਸੀਂ ਫਿਰ ਦਾਵਤ ਦੇ ਸਾਂ ਔਰ ਅੱਛੇ ਫਿਰ ਚੈੱਕ ਕਰ ਲਿਓ ਜਜ਼ਾਕ ਅੱਲਾ ਜੀ ਬਹੁਤ ਸ਼ੁਕਰੀਆ ਬਾਕੀ ਜਨਾਬ ਜਿਹੜੇ ਪੈਨਾ ਪਰਾ ਬਜ਼ੁਰਗ ਸਾਥੀ ਨੰਬਰ 9 ਆਏ ਹੋਏ ਸੋ ਰਿਕੁਐਸਟ ਹੈ ਕਿ ਯਾਰ ਵੀਡੀਓ ਵਿੱਚ ਬਣਾ ਰਹਿਣਾ ਵਾ ਕਿ ਸਾ ਚੱਲਣ ਕੀ ਤੁਸੀਂ ਲਾਜ਼ਮੀ ਸਬਸਕ੍ਰਾਈਬ ਕਰਕੇ ਨੋ ਨਾਲ ਗੈਟਨ ਬਟਨ ਲਾਜ਼ਮੀ ਕਲਿੱਕ ਕਰਿਆ ਤਾਂ ਕਿ ਨੈਕਸਟ ਜਿਹੜੀ ਮੇਵਡੀ ਲਾਂਚ ਨਾ ਨੋਟੀਫਿਕੇਸ਼ਨ ਬਸ ਆਨੇ ਮਿਲ ਜਾਏ ਮੇਸਾਂ ਬਹੁਤ ਜਲ ਇੱਕ ਨਈ ਤੇ ਖੂਬਸੂਰਤ ਵੀਡੀਓ ਨਾਲ ਆਪਣਾ ਬਹੁਤ ਜ਼ਰ ਖਿਆਲ ਰੱਖਿਆ ਤੇ ਮੇਰੀ ਦੁਆਵਾਂ ਵਿੱਚ ਯਾਦ ਰੱਖਿਆ ਅੱਲਾ ਸੋਹਣੇ ਨਵਾਲ